ਟੀਵੀ ਉੱਤੇ ਨੰਗ ਤੜੰਗੀਆਂ ਨੱਚਦੀਆਂ ਰਹਿੰਦੀਆਂ ਨੇ ਨਾ ਬੇਬੇ ਤੇ ਨਾ ਬਾਪੂ ਦੀ ਸ਼ਰਮ ਕੋ ਲੈਂਦੀਆਂ ਨੇ ਉਹ ਟੀਵੀ ਉੱਤੇ ਨੰਗ ਤੜੰਗੀਆਂ ਨੱਚਦੀਆਂ ਰਹਿੰਦੀਆਂ ਨੇ ਨਾ ਬੇਬੇ ਤੇ ਨਾ ਬਾਪੂ ਦੀ ਸ਼ਰਮ ਕੋ ਲੈਂਦੀਆਂ ਨੇ ਹਾਥੀਆਂ ਵਿੱਚ ਤੂੰ ਦੱਸ ਮੈਂ ਕਿੱਦਾਂ ਹੁਬ ਕੇ ਬੈਠਾ ਨੂੰ ਹਾਥੀਆਂ ਵਿੱਚ ਤੂੰ ਦੱਸ ਮੈਂ ਕਿੱਦਾਂ ਹੁਬ ਕੇ ਬੈਠਾ ਮੇਰਾ ਚੱਕਰ ਦਾ ਕਾਕਾ ਮਲਕਾ ਸ਼ਰਾਵਤ ਰਾਖੀ ਸਾਵੰਤ ਤੇ ਬਪਾਸ਼ਾ ਹੈ ਪਹਿਲਾਂ ਤਾੜੀਆਂ ਮਾਰ ਕੇ ਦੱਸੋ ਵਧੀਆ ਲੱਗ ਰਿਹਾ ਨਾ ਅੱਜ ਆਉਂਦੇ ਰਹੋ ਬਹੁਤੋਂ ਖੱਟ ਲਿਆ ਜ਼ਿੰਦਗੀ ਦਾ ਬਸ ਆਹੀ ਪਿਆਰ ਹੈ ਕਲਾਕਾਰ ਜਿਉਂਦੇ ਥੋੜ੍ਹੇ ਸਿਰ ਤੇ ਤੁਸੀਂ ਮੁਹੱਬਤ ਦੇ ਦੀ ਬਸ ਬਹੁਤ ਕੁਛ ਮਿਲ ਗਿਆ ਮਲਕਾ ਸ਼ਰਾਵਤ ਰਾਖੀ ਸਾਵੰਤ ਤੇ ਬਪਾਸ਼ਾ ਹੈ ਪੂਰੇ ਕੱਪੜੇ ਪਾਉਣ ਦੀਆਂ ਮਨ ਮਨ ਵਿੱਚ ਆਸ਼ਾ ਇਸ ਜ਼ਮੀਨੀ ਖਾਤਰ ਕਈਆਂ ਨੇ ਜਾਨ ਗਵਾਈ ਹੈ ਸੋਹਣੀ ਫੈਸ਼ਨ ਪੱਟੀਏ ਜੋ ਤੂੰ ਗਲ ਵਿੱਚ ਪਾਈ ਹੈ ਕੀ ਸਿੱਖਣ ਗੀਆਂ ਥੋੜੇ ਤੋਂ ਅੱਧੀਆਂ ਅੱਬੇ ਤਰੇ ਕੀ ਸਿੱਖਣ ਗੀਆਂ ਥੋੜੇ ਤੋਂ ਅੱਧੀਆਂ ਅੱਬੇ ਤਰੇ ਕਾ ਮੇਰਾ ਬੇਬੇ ਵਿੱਚੇ ਬਾਪੂ ਨੂੰ ਹੱਥੀਆਂ ਨੇ ਜਮਾਂ ਸ਼ਰਮ ਹੀ ਲਾਤੀ ਸਾਰੇ ਘਰ ਦੇ ਜੀਆਂ ਨੇ ਕੁਸਮ ਕਸੌਟੀ ਸਾਸ ਬਹੂ ਕੇ ਸੀਰ ਲਵੇਦੀਆਂ ਨੇ ਉਹ ਕੰਮ ਕਾਜ ਨੂੰ ਕਹੀਏ ਅਗੋਂ ਖਾਣ ਨੂੰ ਪੈਂਦੀਆਂ ਨੇ ਪਤੀ ਵਿਚਾਰਾ ਥੱਕਿਆ ਟੁੱਟਿਆ ਕੰਮ ਤੋਂ ਆਉਂਦਾ ਹੈ ਘਰਵਾਲੀ ਤੋਂ ਪਾਣੀ ਦਾ ਗਲਾਸ ਲੁਕਾਉਂਦਾ ਹੈ ਤੂੰ ਨਾ ਪੀਵੇਂਗਾ ਪਾਣੀ ਵੇ ਤੂੰ ਨਾ ਪੀਵੇਂਗਾ ਪਾਣੀ ਤੂੰ ਨਾ ਪੀਵੇਂਗਾ ਪਾਣੀ ਵੇ ਤੇਰਾ ਤਾਂ ਸਰ ਜਾਣਾ ਜੇ ਇੱਧਰ ਨਿਗਾਹ ਘੁਮਾਲੀ ਇੱਧਰ ਤੂੰ ਸੀਨੇ ਮਰ ਜਾ ਖੁੱਲ ਕੇ ਮਾਰ ਦੋ ਦੜੀ ਜਿਉਂਦੇ ਰਹੋ ਪਤੀ ਵਿਚਾਰਾ ਸੋਚਿਆ ਕਿ ਵਿੱਚ ਲਿਖਾਇਆ ਲੇਖਾ ਜਿਹਨੂੰ ਜਿਹਨੂੰ ਪਿਆਰ ਕਰਦਾ ਹੋਇਆ ਉਹਦੇ ਨਾਂ ਦੇ ਤਾੜੀ ਜ਼ਰੂਰ ਮਾਰਿਓ।